ਹੈਲੋ ਮੇਰੇ ਵੀਰੋ, ਤੇ ਕੀ ਹਾਲ ਚਾਲ ਨੇ? ਸਵਾਗਤ ਹੈ ਤੁਹਾਡਾ ਫਿਰ ਪੀਪ ਬੰਬ ਦੇ ਵਿੱਚ। ਅਸੀਂ ਪੂਆ ਦੇ ਘਰੇ ਤੇ ਸਾਹਿਬ ਪੂਆ ਦਾ ਘਰ ਤੁਹਾਨੂੰ ਦਿਖਾ ਦੇਣਾ। ਇੱਥੋਂ ਦੇਖ ਸਕਦੇ ਤੁਸੀਂ ਸਾਹਮਣੇ ਪਾਰਕ, ਇੱਧਰ ਗਮਲੇ ਲੈ ਛੱਟੂ ਪਾਣੀ ਇੱਧਰ ਹੀ। ਆ ਜੀ ਮੇਰੀ ਭੈਣ ਪਾਣੀ ਲੈ ਕੇ ਸਵੈਗ ਸਵੈਗ ਸੇ ਕਰੇਂਗੇ ਸਬਕਾ ਸਵਾਗਤ। ਆਖਰੀ ਸਾਡੀ ਮਸੜੀ ਇੱਥੇ ਵੀ ਵਲੋਗ ਬਣਾਵਾਂਗੇ ਵੀ ਇੱਥੇ ਕੀ ਸਮਾਨ ਲੱਗਾ। ਅੱਜ ਫੁੱਫੜ ਦੇ ਟਰੈਕਟਰ, ਹਨੇਰਾ ਕਾਫੀ ਆ ਨਾ, ਰਾਤ ਆ ਗਿਆ ਮੋਟਰਸਾਈਕਲ। ਕਿੰਨਾ ਕੁ ਮੱਛਰ ਸੀਗਾ ਰਾਤ 'ਚ? ਮੱਛਰ ਕਿੰਨਾ ਕੁ ਮਿਲਿਆ ਰਾਤ 'ਚ? ਬਸ ਨਾ ਹੀ ਪੁੱਛੀਏ, ਗਾੜੀ ਵੀ ਬੜੀ ਆ ਨਾ, ਏ ਸੀ ਚੱਲ ਰਿਹਾ। ਬਾਰਿਸ਼ ਬੜਾ ਯਾਦ ਕਰਦੀ ਹੈ। ਕੀ ਬਣਾਇਆ ਭੂਆ? ਕੜੀ, ਸਾਗ ਕੜੀ। ਦਿਖਾਈ ਦਿੰਦਾ ਅੰਦਰੋਂ, ਇਸ ਸਾਈਡ ਮੈਂ ਆਈ ਆ, ਹਨੇਰਾ ਕਾਫੀ ਹੈ ਤੇ ਇਗਨੋਰ ਕਰਨਾ ਹਨੇਰੇ ਨੂੰ। ਜੇ ਮੇਰੀ ਆਵਾਜ਼ ਸਾਫ਼ ਨਾ ਹੁੰਦੀ ਤਾਂ ਇਹ ਬਾਹਰਲੀ ਰਸੋਈ ਹੈ, ਦੇਖ ਸਕਦੇ ਤੁਸੀਂ। ਹੁਣ ਚੱਲਦੇ ਆਪਾਂ ਅੰਦਰ। ਤੁਮੇ ਬਾਰਿਸ਼ ਬੜਾ, ਇਹ ਆ ਗਿਆ ਪਹਿਲਾ ਕਮਰਾ, ਉੱਪਰ ਕੰਮ ਹੋ ਰਿਹਾ ਹੋਇਆ ਹੈ ਪੀਵੀਸੀ ਦਾ। ਇਹ ਨਾਲ ਹੀ ਡਰੈਸਿੰਗ ਰੂਮ ਅਤੇ ਬਾਥਰੂਮ ਅਟੈਚ। ਇਹ ਹਜੇ ਤਿਆਰ ਨਹੀਂ ਹੋਇਆ, ਮਤਲਬ ਕੰਮ ਚੱਲ ਰਿਹਾ ਨਾ, ਥੋੜ੍ਹਾ ਸਫਾਈ ਸਫੂਈ ਹੈ ਨਹੀਂ, ਇਗਨੋਰ ਮਾਰਿਓ। ਰਸੋਈ ਬਹੁਤ ਖੁੱਲ੍ਹੀ ਹੈ, ਦੇਖ ਸਕਦੇ ਅੰਦਰ ਵੀ ਰਸੋਈ ਹੈ, ਐਂ ਬਾਹਰ ਸੀਗੀ। ਇੱਧਰ ਕਮਰਾ, ਕਿੱਧਰ ਕਮਰਾ, ਇਹ ਕਿੱਧਰ ਕਮਰਾ, ਉਸ ਤਰ੍ਹਾਂ ਹੀ ਉੱਪਰ ਹੈ। ਹਜੇ ਤੁਹਾਨੂੰ ਉੱਪਰ ਵੀ ਦਿਖਾਉਣਾ, ਮੈਂ ਆ ਗਿਆ ਉੱਪਰ। ਉੱਪਰ ਵੀ ਥੋੜ੍ਹੀ ਕਬੂਤਰਾਂ ਨੇ ਸਫਾਈ ਜ਼ਿਆਦਾ ਕਰੀ ਹੈ, ਇੱਥੇ ਵੀ ਕੰਮ ਹੋ ਰਿਹਾ ਕਾਫੀ। ਇੱਥੇ ਆਹ ਕਮਰਾ ਅਟੈਚ ਬਾਥਰੂਮ, ਬਾਥਰੂਮ ਤੁਸੀਂ ਦੇਖ ਸਕਦੇ ਹੋ, ਹਜੇ ਬਾਥਰੂਮ ਦਾ ਵੀ ਕੰਮ ਪੈਂਡਿੰਗ ਹੈ, ਕਾਫੀ ਕੰਮ ਹੋ ਰਿਹਾ, ਕਾਫੀ ਕੰਮ ਪੈਂਡਿੰਗ ਹੈ। ਇੱਧਰ ਤੁਹਾਨੂੰ ਦਿਖਾਉਣਾ ਗੁਰਦੁਆਰਾ, ਜੋ ਕਿ ਬਹੁਤ ਜ਼ਿਆਦਾ ਸ਼ਾਨਦਾਰ ਹੈ। ਆਹ ਦੇਖੋ ਗੁਰਦੁਆਰਾ, ਰਾਤ ਦਾ ਨਜ਼ਾਰਾ। ਹੋਰ ਹੈਪੀ, ਕਿੱਦਾਂ, ਕੀ ਹਾਲ ਆ? ਵਧੀਆ। ਆਹ ਲੱਗੀਆਂ ਨੇ ਬਾਹਰ ਵਾਲੀਆਂ ਟਾਈਲਾਂ, ਬਾਹਰ ਵਾਲੀਆਂ ਟਾਈਲਾਂ ਬਹੁਤ ਸੋਹਣੀਆਂ ਯਾਰ, ਮਤਲਬ ਕੈਮਰੇ ਦੇ ਵਿੱਚ ਉਹ ਰੰਗ ਨਹੀਂ ਉਹਨਾਂ ਨਾ, ਕਿਉਂਕਿ ਇੱਕ ਤਾਂ ਫਲੈਸ਼ ਚੱਲ ਰਹੀ ਹੈ। ਇੱਧਰ ਉਹ ਪਿੰਡ ਦੇਖਦਾ ਸਾਰਾ, ਰੁਕ ਜਮਾ ਹੋਰ ਉੱਤੇ ਜਾਂਦਾ, ਫਿਰ ਤੁਹਾਨੂੰ ਪਿੰਡ ਦਿਖਾਉਂਦਾ ਸਾਰਾ ਉੱਪਰੋਂ, ਹੈ ਨਾ ਛੋਟੂ? ਹਾਂਜੀ ਆਓ, ਆਪਾਂ ਹੋਰ ਉੱਪਰ, ਛੋਟੂ ਸਾਹਿਬ ਚੜ੍ਹਦਾ ਟੈਂਕੀ, ਹੋਰ ਉੱਤੇ ਚੱਲੀਏ। ਪਿੰਡ ਤਾਂ ਇੱਥੋਂ ਵੀ ਸਾਰਾ ਦੇਖ ਰਿਹਾ, ਪਰ ਚਲੋ ਹੋਰ ਉੱਤੇ ਚੱਲਦੇ ਆ। ਤੁਸੀਂ ਦੇਖ ਸਕਦੇ ਉੱਪਰ ਆ ਗਏ ਅਸੀਂ, ਹੋਰ ਪਿੰਡ ਦੇਖੋ ਸਾਰਾ, ਸਾਰਾ ਹਾਂਡਾ ਪਿੰਡ ਦੇਖ ਰਿਹਾ। ਗੁਰਦੁਆਰਾ ਭੂਆ ਦੇ ਘਰੋਂ ਆ ਗਏ ਵਾਪਸ, ਹੁਣ ਅਸੀਂ ਜਾ ਰਹੇ ਹਾਂ ਘਰ ਨੂੰ। ਰਾਤ ਦੇ ਵੱਜ ਗਏ 9 ਤੇ ਪਹੁੰਚਦੇ ਵੱਜ ਜਾਣੇ 10। ਦੇਖ ਸਕਦੇ ਫੁੱਲ ਹਨੇਰਾ, ਦੇਖੋ 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 ਆਇਆ ਹੈ ਸੁਲਤਾਨ। ਖਨੌਰੀ ਬਸ ਥੋੜ੍ਹਾ ਜਿਹਾ ਸਫ਼ਰ ਰਹਿ ਗਿਆ, ਮੈਨੂੰ ਲੱਗਦਾ ਆਪਾਂ ਜਾ ਰਹੇ ਆਰਾਮ ਨਾਲ, ਥੋੜ੍ਹਾ ਹੀ ਸਫ਼ਰ ਰਹਿੰਦਾ ਇੱਥੋਂ, ਮਿਲਦੇ ਤੁਹਾਨੂੰ ਖਨੌਰੀ ਜਾ ਕੇ। ਰਾਤ ਦੇ ਵਿੱਚ 10 ਅਸੀਂ ਘਰ ਆ ਗਏ ਸੀਗੇ, ਸੀਨਾ ਬਹੁਤ ਆ ਰਿਹਾ ਅਤੇ ਘਰੋਂ ਹੁਣ ਚੱਲੇ ਸੀ ਜਗਰਾਤੇ 'ਤੇ, ਤੁਹਾਨੂੰ ਦਿਖਾਉਂਦੇ ਜਗਰਾਤੇ ਪਹੁੰਚ ਗਿਆ ਮੇਰੇ ਆਪਾਂ ਜਗਰਾਤੇ 'ਤੇ, ਜਿਹੜਾ ਕਿ ਸ਼ਿਵ ਮੰਦਿਰ 'ਚ ਦਿਖਾਉਂਦੇ ਹੁਣ ਤੁਹਾਨੂੰ, ਦੇਖ ਹੀ ਸਕਦੇ
ਮੈਂ ਤਾਂ ਬਾਹਰੋਂ ਇਸ ਸਾਈਡ ਹੈ ਜੀ। ਅਗਰ ਵੋਇਸ ਨਾ ਆ ਰਹੀ ਹੋ ਤਾਂ ਮਾਫ ਕਰਨਾ, ਜਾਂ ਪਰ ਸ਼ੋਰ ਪਹੁੰਚ ਜਾਓ ਤਾਂ ਕਾਜੂ ਬਦਾਮ ਲਾ ਕੇ ਖਾਏ ਬਦਾਮ ਕੁਲਫੀ। ਰਾਤੇ ਤੋਂ ਖਾ ਪੀ ਕੇ ਆ ਗਏ ਸੀ ਬਾਹਰ, ਉਰੇ ਖੜੇ ਮੂਲੀ ਵਾਲੇ ਪਰੌਂਠੇ, ਉਹ ਵੀ ਗਰਮੀ ਦੇ ਵਿੱਚ ਸੱਤਵੇਂ ਮਹੀਨੇ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਪਰੌਂਠੇ ਕਿਵੇਂ ਦੇ ਨੇ। ਮੂਲੀ ਵਾਲੇ ਪਰੌਂਠੇ, ਆਪਣਾ ਦਹੀਂ ਆਪਾਂ ਖਾ ਰਹੇ ਹਾਂ। ਚਲੋ ਮਿਲਦੇ ਫਿਰ ਖਾਣ ਤੋਂ ਬਾਅਦ। ਵੀਰੋ ਆ ਗਿਆ ਅਗਲਾ ਦਿਨ, ਅਗਲੇ ਦਿਨ ਧੋਰੇ ਸੀ ਅਸੀਂ ਗੱਡੀ, ਪ੍ਰਿਆ ਸਿੰਘ ਦੀ ਗੱਡੀ, ਬਾਕੀ ਮੇਲੇ ਤੁਹਾਨੂੰ ਗੱਡੀ ਧੋ ਕੇ। ਮਾਰਿਆ ਸਾਡਾ ਛੋਟੂ ਕੱਪੜਾ, ਪਿਆ ਮੈਂ ਮਾਰਾ ਹੈ। ਹਾਂ ਧੋ ਲਾ ਘੱਟ ਪ੍ਰੈਸ਼ਰ ਤੇ। ਹਾਂਜੀ ਗੱਡੀ ਕੀ ਧੁੱਪ, ਆਸ਼ੀਨ ਮਾਰ ਰਿਹਾ ਪਾਣੀ। ਹੁਣ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਧੋਣ ਤੋਂ ਬਾਅਦ ਕਿਵੇਂ ਦੀ ਹੋ ਗਈ ਹੈ। ਕਾਫੀ ਸਾਫ਼ ਹੋ ਗਈ ਹੈ, ਬਹੁਤ ਜ਼ਿਆਦਾ ਮਿੱਟੀ ਜੰਮੀ ਸੀਗੀ, ਲਗਾਇਆ ਕੰਪਰੈਸ਼ਰ ਕਰੀ। ਚੱਲੀਏ ਗਾਈ, ਚੱਲੀਏ ਗਾਈ, ਤੁਰ ਕੇ ਚੱਲਦੇ ਅੱਜ। ਮੋਟਰਸਾਈਕਲ ਤਾਂ ਹੈ ਨਹੀਂ, ਗੱਡੀ ਵੀ ਹੈ ਨਹੀਂ, ਕੁਛ ਨਹੀਂ ਹੈਗਾ। ਅੱਜ ਤੁਹਾਨੂੰ ਤੁਰ ਕੇ ਦਿਖਾਉਂਦੇ ਹਾਂ ਬਾਜ਼ਾਰ ਥੋੜ੍ਹਾ ਜਿਹਾ। ਅੱਜ ਚੱਲੇ ਸੀ ਜੁੱਤੀਆਂ ਲੈਣ ਇਹਦੇ ਵਾਸਤੇ, ਹੁਣ ਇਹਦੇ ਬਾਅਦ ਇਹਨੇ ਪਾਉਣੀਆਂ ਕਿ ਖਾਣੀਆਂ ਇਹਨੇ ਪੁੱਛ ਲਾ। ਲਓ ਜੀ ਬਾਜ਼ਾਰ ਆ ਗਿਆ, ਬਾਜ਼ਾਰ ਦੇਖ ਲਓ। ਗਰਮੀ ਬੜੀ ਹੈ, ਗਰਮੀ ਬੜੀ ਪੈਣ ਲੱਗ ਗਈ ਹੈ ਨਾ, ਬੜੀ। ਸਾਰਾ ਦਿਨ ਏ ਸੀ ਜੀ ਸੁੱਤੇ ਰਹੀਦਾ, ਸ਼ਾਮ ਨੂੰ ਉੱਠ ਕੇ ਬਾਹਰ ਨਿਕਲ ਜਾਈਦਾ। ਗਰਮੀ ਸ਼ਾਮ ਨੂੰ ਗਰਮੀ ਜਦੋਂ ਬਾਹਰ ਨਿਕਲਣਾ ਹੁੰਦਾ। ਇੱਧਰ ਕੁਲਚੇ ਸਮੋਸੇ ਸਾਰੀਆਂ ਰੇਹੜੀਆਂ ਲੱਗੀਆਂ ਹੋਈਆਂ। ਚੱਲ ਪੁੱਲ ਤਾਂ ਅੰਬ ਹੀ ਅੰਬ, ਸਫ਼ਰ ਸਾਡਾ ਕਾਫੀ ਛੋਟਾ ਸੀ। ਧੰਦਵਾਨ ਨੇ ਜੁੱਤੀਆਂ, ਇਹ ਛੋਟੀ ਜਿਹੀ ਦੁਕਾਨ ਆ।
वापस कर। हाँ जी, व्लॉग नूं करदे आं पति खतम। बाय बाय।